ਅਸਲਾਮ ਵਾਲੇਕੁਮ ਦੋਸਤੋ, ਉਮੀਦ ਹੈ ਖੈਰੀਅਤ ਨਾਲ ਹੋਵੋਗੇ। ਅੱਜ ਅਸੀਂ ਇੱਕ ਥਾਂ 'ਤੇ ਹੈਗੇ ਹਾਂ ਆਏ ਹੋਏ, ਅਤੇ ਇਹ ਹੈ ਜੀ ਆਰਾ। ਚਲੋ ਇਹ ਜਗ੍ਹਾ ਤੁਹਾਨੂੰ ਪਹਿਲੇ ਵਿਖਾ ਦਈਏ। ਇਹ ਆਰਾ, ਆਰੇ 'ਤੇ ਅਸੀਂ ਆਏ ਹਾਂ, ਲੱਕੜੀ ਦਾ ਕੋਈ ਕੰਮ ਸੀਗਾ। ਅਤੇ ਇਹਦੇ ਵਿੱਚ ਸਾਨੂੰ ਇੱਕ ਚੀਜ਼ ਨਜ਼ਰ ਆਈ ਹੈ, ਦਰਵਾਜ਼ੇ ਤਿਆਰ ਹੋ ਰਹੇ ਨੇ। ਅਤੇ ਦਰਵਾਜ਼ੇ ਦੇ ਮੁਤਲਕ ਤੁਹਾਡੇ ਨਾਲ ਅੱਜ ਅਸੀਂ ਖਾਸ ਜਿਹੜੀ ਇਨਫੋਰਮੇਸ਼ਨ ਹੈ, ਮਲੂਮਾਤ ਹੈ, ਉਹ ਸਾਂਝੀ ਕਰਦੇ ਹਾਂ। ਸਾਡੇ ਨਾਲ ਭਾਈ ਸਾਹਿਬ ਮੌਜੂਦ ਨੇ, ਇਹਨਾਂ ਨਾਲ ਗੱਪਸ਼ਪ ਲਾਉਂਦੇ ਹਾਂ, ਇਹਨਾਂ ਤੋਂ ਪਤਾ ਕਰਦੇ ਹਾਂ ਕਿ ਇਹਦਾ ਕੀ ਸਾਈਜ਼ ਹੈ, ਕਿੰਨੇ 'ਚ ਤਿਆਰ ਹੁੰਦਾ, ਕਿਹੜੀ ਲੱਕੜ ਹੈ, ਅਤੇ ਇਹਦੀ ਪਛਾਣ ਕਿਸ ਤਰ੍ਹਾਂ ਕਰੀ ਦੀ। ਅਸਲਾਮ ਵਾਲੇਕੁਮ ਭਾਈ ਜਾਨ, ਕੀ ਹਾਲ ਹੈ ਤੁਹਾਡਾ? ਵਾਲੇਕੁਮ ਸਲਾਮ, ਠੀਕ ਠਾਕ ਭਾਈ ਜਾਨ, ਤੁਸੀਂ ਸੁਣਾਓ? ਸ਼ੁਕਰ ਅੱਲਾ ਦਾ। ਅੱਛਾ ਸਰ, ਸਾਨੂੰ ਇਹ ਦੱਸਣਾ ਵੀ ਇਹ ਜਿਹੜਾ ਸਾਹਮਣੇ ਦਰਵਾਜ਼ਾ ਤਿਆਰ ਕੀਤਾ ਤੁਸੀਂ ਜੀ, ਕਿਹੜੀ ਲੱਕੜ ਦਾ? ਇਹ ਦਿਆਰ ਦਾ ਅਤੇ ਇਹ ਕੈਲ ਦਾ। ਅੱਛਾ, ਇਹ ਜਿਹੜਾ ਖੜਾ ਹੈ ਇਹ ਦਿਆਰ ਦਾ, ਅਤੇ ਇਹ ਜਿਹੜਾ ਥੱਲੇ ਵਾਲਾ ਇਹ ਕੈਲ ਦਾ। ਕੈਲ ਦਾ, ਅਮਰੀਕਨ ਕੈਲ। ਅੱਛਾ, ਇਹਨਾਂ ਦੇ ਵਿੱਚ ਪਹਿਚਾਣ ਕਿਸ ਤਰ੍ਹਾਂ ਹੁੰਦੀ ਹੈ, ਇਹਦੀ ਪਛਾਣ ਕਿੱਦਾਂ ਕਰੀ ਦੀ ਹੈ ਵੀ ਇਹ ਦਿਆਰ ਹੈ ਅਤੇ ਇਹ ਕੈਲ ਹੈ? ਦਿਆਰ ਦੀ ਖੁਸ਼ਬੂ ਤੋਂ ਹੀ ਪਤਾ ਚੱਲ ਜਾਂਦਾ ਕਿ ਇਹ ਦਿਆਰ ਹੈ ਔਰ ਇਹ ਕੈਲ ਹੈ। ਅੱਛਾ, ਇਹਦੇ ਵਿੱਚ ਯਾਨੀ ਕਿ ਲੱਕੜ ਦੀ ਸਮੈਲ ਹੁੰਦੀ ਹੈ, ਖੁਸ਼ਬੂ ਆਉਂਦੀ? ਖੁਸ਼ਬੂ ਹੁੰਦੀ। ਅੱਛਾ, ਅਤੇ ਇਹਦਾ ਕੀ ਸਾਈਜ਼ ਹੈ ਦਰਵਾਜ਼ੇ ਦਾ ਤਕਰੀਬਨ? ਇਹਦਾ ਸਾਈਜ਼ ਤੁਹਾਨੂੰ ਦਿਖਾ ਦਿੰਦਾ, ਪੈਂਤੀ ਇੰਚ, 36 ਜੀ ਸ਼ਮਾਲ ਹੁੰਦੀ। ਅੱਛਾ, ਯਾਨੀ ਕਿ 3 ਫੁੱਟ ਦਾ ਦਰਵਾਜ਼ਾ? 3 ਫੁੱਟ ਦਾ। ਅਤੇ ਉੱਚਾ ਕਿੰਨਾ? 76 ਇੰਚ। 6 ਫੁੱਟ ਅਤੇ 6 ਇੰਚ ਤਕਰੀਬਨ? 4 ਇੰਚ। 4 ਇੰਚ, ਅੱਛਾ। ਇਸ ਦੇ ਵਿੱਚ ਇਹ ਜਿਹੜਾ ਤਿਆਰ ਕੀਤਾ ਤੁਸੀਂ, ਇਹਦੇ ਵਿੱਚ ਕੀ ਡਿਜ਼ਾਈਨ ਵਗੈਰਾ? ਮੋਟਾਈ ਜਿਹੜੀ ਹੁੰਦੀ ਹੈ 1.5 ਇੰਚ ਪੂਰੀ ਹੁੰਦੀ ਹੈ। ਅੱਛਾ, 1.5 ਇੰਚ ਚੌੜੀ ਹੁੰਦੀ ਹੈ ਮੋਟਾਈ, ਠੀਕ ਹੈ, ਦਰਵਾਜ਼ੇ ਦੀ, ਠੀਕ ਹੈ। 6 ਸੂਤਰ ਦਾ ਵਿੱਚ ਦਿੱਲਾ ਪੈਂਦਾ ਹੈ, ਜੇ ਡਬਲ ਥੜੀ ਵਾਲਾ ਪਾਓ। ਅੱਛਾ, ਅਤੇ ਫਿਰ 1.5 ਇੰਚ, 1.25 ਇੰਚ ਲਾਜ਼ਮਨ। ਡਬਲ ਥੜੀ ਤੋਂ ਮੁਰਾਦ ਵੀ ਦੋਵਾਂ ਸਾਈਡਾਂ? ਦੋਵਾਂ ਸਾਈਡਾਂ 'ਤੇ ਇੱਕੋ ਜੜਦਾ। ਅੱਛਾ, ਅਤੇ ਇਹ ਦੱਸਿਓ ਵੀ ਇਹਦੇ ਤਿਆਰ ਕਰਨ 'ਤੇ ਕਿੰਨਾ ਖਰਚਾ ਆ ਰਿਹਾ? ਮੁਕੰਮਲ ਤਿਆਰ ਕਰਕੇ ਸੇਲ ਅਸੀਂ ਕਰਦੇ ਹਾਂ 1200 ਰੁਪਏ ਫੁੱਟ ਨਾਲ। ਯਾਨੀ ਕਿ ਇਹਦਾ ਲੰਬਾਈ ਅਤੇ ਚੌੜਾਈ ਤੁਸੀਂ ਸਾਈਜ਼ ਕਰਕੇ ਉਹ ਜਿਹੜਾ ਫੁੱਟ ਬਣਨਗੇ ਉਹਦੇ ਨਾਲ ਜ਼ਰਬ ਦਿਓਗੇ 1200 ਨੂੰ? ਬਿਲਕੁਲ 1200, ਉਹ ਇਹਦੀ ਕੀਮਤ ਆ ਜਾਏਗੀ। ਅਤੇ ਇਹ ਜਿਹੜਾ ਦੂਸਰਾ ਦਰਵਾਜ਼ਾ ਹੈ ਇਹਦਾ, ਦੂਸਰਾ ਇਹ ਕੈਲ ਦਾ, ਇਹ ਤੁਹਾਨੂੰ ਪਏਗਾ 850 ਰੁਪਏ। ਅੱਛਾ, ਵਿਦ ਫਿਟਿੰਗ, ਤਾਲਾ ਮਸ਼ੀਨਰੀ ਉਹਨਾਂ ਦੀ ਹੋਏਗੀ। ਅੱਛਾ, ਤੁਸੀਂ ਸਿਰਫ ਫਿੱਟ ਕਰਕੇ ਦੇਣਾ? ਫਿੱਟ ਕਰਕੇ ਦੇਣਾ। ਅਤੇ ਇਹਦੇ ਵਿੱਚ ਸਹੀ ਕਿਹੜਾ ਰਹਿ ਜਾਂਦਾ, ਮਜ਼ਬੂਤ ਕਿਹੜਾ? ਮਜ਼ਬੂਤ ਤਾਂ ਦਿਆਰ ਦਾ ਹੀ ਹੈ। ਅੱਛਾ, ਦਿਆਰ ਜ਼ਿਆਦਾ ਮਜ਼ਬੂਤ ਹੈ? ਹਾਂ, ਉਹ ਖਰਾਬ ਨਹੀਂ ਹੁੰਦਾ, ਬੈਡ ਨਹੀਂ ਹੁੰਦਾ। ਸਿਉਂਕ ਵਗੈਰਾ? ਸਿਉਂਕ ਤਾਂ ਪੈਂਦੀ ਹੈ ਲੱਕੜ ਜਿਹੋ ਜਿਹੀ ਵੀ ਹੋਵੇ। ਅੱਛਾ, ਲੱਕੜ ਤਾਂ ਫਿਰ ਠੀਕ। ਅਤੇ ਇਹਦੇ ਵਿੱਚ ਇਹ ਜਿਹੜਾ ਦਰਵਾਜ਼ਾ ਤੁਸੀਂ ਤਿਆਰ ਕੀਤਾ, ਇਹ ਵੀ ਕੈਲ ਦਾ? ਇਹ ਵੀ ਕੈਲ ਦਾ, ਇਹ ਵੀ ਕੈਲ। ਇਹਦਾ ਕੀ ਸਾਈਜ਼ ਹੈ? ਇਹਦਾ 45.75। 41 ਤਿਆਰ ਹੋਇਆ, ਠੀਕ ਹੈ। ਮਤਲਬ 6.5 ਤੋਂ 1 ਇੰਚ ਜ਼ਿਆਦਾ। 6.5 ਤੋਂ 1 ਇੰਚ ਜ਼ਿਆਦਾ। ਅਤੇ ਇਹਦੇ ਵਿੱਚ ਕਿੰਨਾ ਖਰਚਾ ਆ ਗਿਆ ਤਕਰੀਬਨ ਤਿਆਰ ਕਰਨ 'ਚ? ਕੈਲ ਦਾ? ਹਾਂਜੀ, ਕੈਲ 850 ਰੁਪਏ ਫੁੱਟ ਪੈ ਰਿਹਾ। 850 ਰੁਪਏ ਫੁੱਟ। ਅਤੇ ਜ਼ਿਆਦਾ ਤੁਹਾਡੇ, ਤੁਸੀਂ ਜਿਸ ਤਰ੍ਹਾਂ ਤਿਆਰ ਕਰਦੇ ਹੋ, ਅੱਜ ਕੱਲ੍ਹ ਲੋਕਾਂ ਦੀ ਡਿਮਾਂਡ ਕੀ ਹੈ, ਜ਼ਿਆਦਾ ਕਿਹੜਾ ਯੂਜ਼ ਹੋ ਰਿਹਾ, ਕੈਲ ਯੂਜ਼ ਹੋ ਰਿਹਾ ਜਾਂ ਦੂਸਰਾ?
ਡਿਪੈਂਡ ਕਰਦਾ ਉਹ ਮਤਲਬ ਕਿ ਵੇਖਦੇ ਨੇ ਕਿ ਸਸਤਾ ਵੀ ਹੋਵੇ ਮਿਆਰੀ ਵੀ ਹੋਵੇ ਕੈਲ ਦਾ ਜ਼ਿਆਦਾ ਪਸੰਦ ਕਰਦੇ ਨੇ ਕੈਲ ਦਾ ਠੀਕ ਹੈ ਮਿਆਰ ਦਾ ਮਹਿੰਗਾ ਪੈਂਦਾ ਇਸ ਵਾਸਤੇ ਉਹ ਜੀ ਜੀ ਤੇ ਇਹ ਤੁਹਾਡਾ ਮਿਆਰ ਇਹਦਾ ਸਭ ਤੋਂ ਜ਼ਿਆਦਾ ਅੱਛਾ ਕੈਲ ਦਾ ਦਿਆਰ ਦਾ ਹੋਰ ਇਹਦੇ ਵਿੱਚ ਕਿਹੜੀ ਕਿਹੜੀ ਕੁਆਲਿਟੀ ਹੁੰਦੀ ਹੈ ਲੱਕੜ ਦੇ ਵਿੱਚ ਲੱਕੜ 'ਚ ਕੁਆਲਿਟੀਆਂ ਤਾਂ ਕਾਫੀ ਨੇ ਬਾਕੀ ਇਹ ਕਿ ਜ਼ਿਆਦਾ ਤੌਰ ਇਹ ਚੱਲਦਾ ਅੱਛਾ ਸਾਡੇ ਨਾਲ ਤੁਸੀਂ ਅੱਜ ਇੱਕ ਖਾਸ ਜਿਹੜਾ ਮੇਰਾ ਸਵਾਲ ਸੀਗਾ ਉਹ ਇਹ ਸੀਗਾ ਵੀ ਇਹਨੂੰ ਲੱਕੜ ਨੂੰ ਜਿਹੜਾ ਸਿਉਂਕ ਹੈ ਅਕਸਰ ਸਿਉਂਕ ਪੈ ਜਾਂਦੀ ਹੈ ਦਿਮਕ ਉਹਦੇ ਤੋਂ ਬਚਾਉਣ ਵਾਸਤੇ ਇਹਨੂੰ ਜਦੋਂ ਨਵਾਂ ਦਰਵਾਜ਼ਾ ਨਵੀਂ ਕੋਈ ਚੀਜ਼ ਲਗਾਈ ਹੈ ਵਿੰਡੋ ਜਾਂ ਦਰਵਾਜ਼ਾ ਜਾਂ ਕੋਈ ਵੀ ਚੀਜ਼ ਐਸੀ ਲੱਕੜ ਦੀ ਜਿਹੜੀ ਬਣੀ ਹੋਈ ਉਹ ਇਸਤੇਮਾਲ ਵਾਸਤੇ ਰੱਖੀਏ ਅਤੇ ਉਹਨੂੰ ਕੀ ਅਮਲ ਕਰਨਾ ਚਾਹੀਦਾ ਕਿਹੜਾ ਉਹਦੇ 'ਤੇ ਉਹ ਕੈਮੀਕਲ ਹੈ ਜਾਂ ਕੋਈ ਐਸੀ ਚੀਜ਼ ਹੈ ਜਿਹੜਾ ਉਹਦੇ ਉਹਨੂੰ ਹਿਫਾਜ਼ਤ ਕਰਦਾ ਹੈ ਸਿਉਂਕ ਤੋਂ ਆਰਜ਼ੀ ਹੁੰਦਾ ਅੱਛਾ ਆਰਜ਼ੀ ਪਰਮਨੈਂਟ ਨਹੀਂ ਪਰਮਨੈਂਟ ਕੋਈ ਵੀ ਨਹੀਂ ਹੈ ਪਰਮਨੈਂਟ ਕੋਈ ਵੀ ਨਹੀਂ ਠੀਕ ਹੈ ਪਰਮਨੈਂਟ ਤੋਂ ਮੁਰਾਦ ਇਹ ਹੁੰਦਾ ਕਿ ਅਗਰ ਘਰ ਹਰਕਤ ਵਾਲੀ ਚੀਜ਼ ਜਿਹੜੀ ਉਹਨੂੰ ਸਿਉਂਕ ਨਹੀਂ ਪੈਂਦੀ ਜਿਹੜੀ ਚੀਜ਼ ਚੁੱਕ ਕੇ ਆਸੇ ਪਾਸੇ ਰੱਖ ਲਈਏ ਦਰਵਾਜ਼ਾ ਹੈ ਉਸ 'ਚ ਹਰਕਤ ਹੈ ਹਾਂਜੀ ਠੀਕ ਹੈ ਬੰਦ ਕਰਨਾ ਖੋਲ੍ਹਣਾ ਜੇ ਅਗਰ ਘਰ ਇੱਕ ਜਗ੍ਹਾ 'ਤੇ ਬੰਦ ਖੜ੍ਹਾ ਅਲਮਾਰੀ ਟੈਪ ਲਾ ਲਓ ਜਾਂ ਚੁਕਾਟ ਵਗੈਰਾ ਇਹਦਾ ਫਰੇਮ ਜਿਹੜਾ ਹੁੰਦਾ ਜੀ ਜੀ ਉਹ ਲਾ ਲਓ ਉਹ ਇੱਕ ਜਗ੍ਹਾ 'ਤੇ ਖੜ੍ਹਾ ਜੀ ਜੀ ਉਹਨੂੰ ਪੈ ਜਾਣਾ ਇਹਨੂੰ ਨਹੀਂ ਪੈਣਾ ਅੱਛਾ ਤੇ ਉਹਦੇ ਵਾਸਤੇ ਕੋਈ ਕੈਮੀਕਲ ਵੀ ਹੈ ਜਿਹੜਾ ਇਸਤੇਮਾਲ ਕਰਦੇ ਕੈਮੀਕਲ ਅਸੀਂ ਤੇ ਟੈਗਰ ਦਵਾਈ ਇਸਤੇਮਾਲ ਕਰੀ ਦੀ ਅੱਛਾ ਉਸ ਤੋਂ ਇਲਾਵਾ ਹੋਰ ਕੋਈ ਐਸੀ ਦਵਾਈ ਨਹੀਂ ਆਈ ਕਿ ਜਿਹੜੀ ਲੈਫਟ ਟਾਈਮ ਹੋਵੇ ਸਹੀ ਸਾਡੇ ਕੋਲ ਤੇ ਨਹੀਂ ਪਹੁੰਚੀ ਤੇ ਬਾਕੀ ਕੋਲ ਹੋਵੇ ਤੇ ਕੋਈ ਮਲੂਮਾਤ ਠੀਕ ਹੈ ਕੁਝ ਕਹਿ ਨਹੀਂ ਸਕਦਾ ਯਾਨੀ ਕਿ ਇਹ ਦਰਵਾਜ਼ਾ ਤੁਸੀਂ ਦੱਸਿਆ 1200 ਰੁਪਏ ਫੁੱਟ 1200 ਰੁਪਏ ਤਿਆਰ ਕਰਕੇ ਫਿੱਟ ਕਰਕੇ ਤੇ ਬਾਕੀ ਇਹਦੇ 'ਚ ਜਿਹੜਾ ਵੀ ਮਟੀਰੀਅਲ ਇਸਤੇਮਾਲ ਹੋਏਗਾ ਕੋਈ ਦਸਤੀ ਹੈ ਕਬਜ਼ੇ ਹੈ ਉਹਨਾਂ ਦੇ ਅੱਛਾ ਮਾਲਕ ਦੇ ਹੋਣਗੇ ਤੇ ਦੂਸਰਾ ਦਰਵਾਜ਼ਾ 850 ਰੁਪਏ ਫੁੱਟ 850 ਰੁਪਏ ਸਾਡੀ ਅੱਛਾ ਮਟੀਰੀਅਲ ਉਹਨਾਂ ਦਾ ਠੀਕ ਹੈ ਚਲੋ ਬਹੁਤ ਸ਼ੁਕਰੀਆ ਜਨਾਬ ਤੁਸੀਂ ਟਾਈਮ ਦਿੱਤਾ ਥੈਂਕ ਯੂ